ਲੋਕਾਂ ਨੂੰ ਫਿਰ ਉਹ ਦਰਸ਼ਨ ਕਰਨ ਦਾ, ਉੱਥੇ ਜਾਣ ਦਾ ਮੌਕਾ ਮਿਲ ਜਾਵੇਗਾ, ਇਹ ਸਾਡੀ ਆਸ ਹੈ। ਕਿਉਂਕਿ ਆਏ ਵਰੇ ਕਿੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਉੱਥੇ ਜਾਂਦੇ ਨੇ, ਜਗ੍ਹਾ ਘੱਟ ਹੈ, ਰਹਿਣ ਨੂੰ ਬਹੁਤ ਜਗ੍ਹਾ ਨਹੀਂ ਹਨ, ਫਿਰ ਵੀ ਲੋਕਾਂ ਦੀ ਇੱਕ ਆਸ ਤਾਂ ਉਹਨਾਂ ਨੂੰ ਅਗਾਂਹ ਖਿੱਚੀ ਲਈ ਜਾ ਰਹੀ ਹੈ। ਇਹਦੇ ਵਾਸਤੇ ਵੀ ਸ਼ਾਇਦ ਇੱਕ ਗੱਲ ਨਜ਼ਰ ਦੇ ਵਿੱਚ ਆਉਂਦੀ ਹੈ ਕਿ ਜਿਵੇਂ ਕਿ ਹੋਰ ਕਈ ਜੋ ਤੀਰਥ ਸਥਾਨ ਨੇ ਉਹਨਾਂ ਦੇ ਵਾਸਤੇ ਇੱਕ ਰੈਗੂਲੇਟ ਕਰ ਦਿੱਤਾ ਜਾਂਦਾ ਹੈ ਕਿ ਕਿੰਨੇ ਲੋਕਾਂ ਨੂੰ ਇੱਕ ਵਾਰ 'ਤੇ ਉੱਥੇ ਆਰਾਮ ਲੈ ਕੇ ਜਾਣ ਦੀ ਅੱਗੇ ਇਜਾਜ਼ਤ ਦਿੱਤੀ ਜਾਵੇ। ਸ਼ਾਇਦ ਅਗਰ ਅਜਿਹਾ ਵੀ ਕੁਛ ਕੀਤਾ ਹੁੰਦਾ ਉਹਦੇ ਨਾਲ ਵੀ ਕੁਝ ਫਰਕ ਪੈ ਗਿਆ ਹੁੰਦਾ। ਜੋ ਘਟਨਾ ਸੀ ਉਹ ਤਾਂ ਘਟਣੀ ਸੀ, ਪਰ ਸ਼ਾਇਦ ਨੁਕਸਾਨ ਉਦੋਂ ਘੱਟ ਹੋ ਜਾਂਦੇ ਅਗਰ ਉੱਡੀ ਵੱਡੀ